ਮੇਰੀ ਅੰਮੀ ਅੱਬੂ ਹੁੰਦੇ ਪਏ ਤੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਤੇ ਨਾ ਗੋਸ਼ੇ ਤੇ ਪਕਾਉਣ ਨਹੀਂ ਦੇਣਾ। ਹੁਣ ਮੈਂ ਕੀ ਕਰਾਂ? ਹੈ ਚਿਨੋ? ਆਹੋ ਅੰਮੀ। ਨਹੀਂ ਕੀ ਹੋਇਆ? ਕੁਛ ਨੀ, ਮੈਂ ਸੋਚਣ ਨਹੀਂ ਸੀ ਅੱਜ ਕੀ ਪਕਾਈਏ ਆਪਾਂ। ਵੀ ਮੈਂ ਤੇ ਇਦਾਂ ਕਹਿੰਦੀ ਆ ਤੂੰ ਨਾ ਮਸਰਾਂ ਦੀ ਦਾਲ ਪਕਾ ਲਾ। ਅੰਮੀ ਅੱਜ ਕੱਲ ਤਾਂ ਪਕਾਈ ਸੀਗੀ ਮਸਰਾਂ ਦੀ ਦਾਲ, ਫੇਰ ਪਕਾ ਲਈਏ। ਲੈ ਨੀ ਮਸਰ, ਚੱਲ ਤੂੰ ਇਦਾਂ ਕਰ ਪਾਲਕ ਲੈ ਕੇ ਪਕਾ ਲਾ। ਪਾਲਕ 30 ਰੁਪਏ ਕਿਲੋ ਲੱਭ ਜਾਂਦੀ ਆ। ਆਹੋ ਪਾਲਕ ਪਤਾ ਤਾਂ ਹੈਗਾ ਵਾ, ਤੁਹਾਡੇ ਫੇਰ ਮੁੰਡੇ ਨੂੰ ਪਸੰਦ ਤਾਂ ਹੈ ਨੀ। ਅੰਮੀ ਨੱਕ ਬੋਲ ਵੱਟੂਗਾ ਉਹ ਆ ਕੇ। ਚੱਲ ਫੇਰ ਇਦਾਂ ਕਰ ਆਲੂ 100 ਰੁਪਏ ਵਾਲੇ ਪਕਾ ਲੈ, ਬਾਵਾ ਲੰਬਾ ਜਿਹਾ ਛੋਰਾ ਰੱਖ ਪੈ, ਚੂਰੀ ਪਕਾ ਉਹਦੇ ਵਿੱਚ ਪਾ ਕੇ ਨਾ ਖਾਣ ਦਾ ਕਸਮ ਸਵਾਦ ਆ। ਅੱਛਾ ਅੰਮੀ ਮੈਂ ਕੀ ਕਹਿੰਨੀ ਆ, ਗੋਸ਼ਤ ਬੜਾ ਹੀ ਸਸਤਾ ਹੋਇਆ। ਮੈਂ ਕਹਿੰਨੀ ਆ ਆਪਾਂ 1/2 ਕਿਲੋ ਵਿੱਚ ਗੋਸ਼ਤ ਲੈ ਕੇ ਪਾ ਲੈਨੇ ਆ। ਹੈ ਆਲੂਆਂ ਦੇ ਵਿੱਚ ਸਵਾਦ ਹੀ ਆਜੂਗਾ, ਚੱਲ ਥੋੜਾ ਹੀ। ਆਹੋ ਚੱਲ ਠੀਕ ਆ, ਉਹ ਗੋਸ਼ਤ ਲੈ ਕੇ ਉਹ ਚ ਪਾ ਲਈ ਤੇ 2 ਬੋਟੀਆਂ ਉਹਦੇ ਨਾ ਮੇਰੇ ਲਈ ਕੱਢ ਕੇ ਰੱਖ ਦੇ। ਆਹੋ ਅੰਮੀ ਮੈਂ ਕਰ ਲੂੰਗੀ, ਡਾਕਟਰ ਨੇ ਦੱਸਿਆ ਮੈਨੂੰ ਗੁਜ਼ਾਰ ਚੰਗੀ ਚਾਹੀਦੀ ਆ। ਆਹੋ ਆਹੋ ਚੱਲ ਲੈ ਨੀ, ਚੱਲ ਆ ਵਧੀਆ ਕੰਮ ਹੋ ਗਿਆ ਹੈ। ਹੁਣ ਮੈਂ ਮੁਕਾਉਣੀ 2 ਕਿਲੋ ਗੋਸ਼ਤ ਤੇ ਭੁੰਨ ਕੇ ਪਕਾਉਂਗੀ। ਮਰ ਜਾਣੀ ਲੰਬੇ ਛੋਰੇ ਵਾਲਾ ਪਕਾਈਓ।